ਲੋਟਰੀ ਇੱਥੇ ਆਪਾਂ ਡਰਾਪ ਲੇ ਕਰਨਾ ਯਾਰ 74 ਦੇ ਥੱਲੇ ਸਾਲ ਦੀ ਪਹਿਲੀ ਪੱਟੀ ਤੇ ਆਪਾਂ ਡਰਾਪ ਲੇ ਕਰਨੇ ਐ 6 ਜਮਾ ਮੇਰੇ ਦੋਸਤਾਂ ਨੂੰ ਪਤਾ ਹੀ ਹੈ ਯਾਰ ਇਹ ਜਦੋਂ ਵੀ ਸਾਲ ਦੀ ਪਹਿਲੀ ਪੱਟੀ 40000 ਬੌਂਡ ਦੇ ਵਿੱਚ 6 ਜਮਾ ਲੱਗ ਜਾਵੇ ਇਹ ਪਹਿਲੀ ਵਾਰ ਲੱਗੀ 6 ਜਮਾ ਆਕੜੇ ਦੀ ਫਿਰ ਆਕੇ ਆਕੜੇ ਦੀ ਯਾਰ 6 ਜਮਾ ਇਹ ਲੱਗੀ ਦੂਸਰੀ ਵਾਰ ਫਿਰ ਆਕੇ ਤੀਸਰੀ ਵਾਰ 6 ਜਮਾ ਆਕੜੇ ਦੀ ਇਹ ਲੱਗੀ ਯਾਰ ਇਹ ਆ ਤਿੰਨ ਵਾਰ 6 ਜਮਾ ਲੱਗੀ ਹੈ ਆਖੜੇ ਦੀ ਇਹ ਲੱਗੀ ਏ ਫਿਰ ਇਹ ਲੱਗੀ ਏ ਇਹ ਲੱਗੀ ਏ ਅੱਜ ਆਪਾਂ 2 ਸਾਲ ਸੌਰੀ 1 2 3 ਤੀਸਰੇ ਸਾਲ ਦੀ ਪਹਿਲੀ ਪੱਟੀ ਤੇ ਆਪਾਂ ਡਰਾ ਕਰਨਾ ਹੈ ਪਹਿਲੇ ਮੈਂ ਆਪਣੇ ਦੋਸਤਾਂ ਨੂੰ ਐਂਗਲ ਖਾਵਾਂਗਾ ਜਿਹੜੇ ਕਿ ਇਸ ਇਹਨੇ ਪੂਰੇ ਕੀਤੇ ਨੇ ਸਿੰਗਲ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਯਾਰ ਜੋ ਦੋਸਤ ਨੇ ਪੇਜ ਨੂੰ ਫਾਲੋ ਨਹੀਂ ਕੀਤਾ ਲਾਜ਼ਮੀ ਕਰ ਲੋ ਲਾਈਕ ਕਰਿਆ ਕਰੋ ਯਾਰ ਜੋ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਪਸੰਦ ਆਵੇ ਲਾਈਕ ਲਾਜ਼ਮੀ ਕਰਿਆ ਜੇ ਯਾਰ ਯਾਰ ਜਦੋਂ ਇਹ ਪਹਿਲੀ ਦਫਾ ਲੱਗਿਆ ਨਾ ਪਹਿਲੇ ਤਾਂ ਮੈਂ ਇਹਦੇ ਐਂਗਲ ਪੂਰੇ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਲਵਾਂ ਆ ਯਾਰ ਜਦੋਂ ਪਹਿਲੇ ਲੱਗਿਆ ਨਾ ਤੇ 1500 ਦਾ ਆਖਰੀ ਪੱਟੀ ਦਾ ਜਿਹੜਾ ਸੈਂਟਰ ਹੈ ਨਾ ਇਹਨੇ ਕਲੋਜ਼ ਲੱਗਣਾ ਸੀ ਇਹ ਲੱਗਾ ਯਾਰ ਪਹਿਲੀ ਦਫਾ ਫੇਰਾ ਕਿ ਇਹ ਲੱਗਾ ਯਾਰ ਉੱਥੇ ਸੱਤ ਸੈਂਟਰ ਪਿਆ ਸੀ ਇਹੀ ਸੈਂਟਰ ਨੇ ਕਲੋਜ਼ ਲੱਗਣਾ ਸੀ ਆਕੇ ਇਹ ਲੱਗਾ ਯਾਰ ਫੇਰਾ ਕਿ ਇਹ ਯਾਰ ਛੇਜਾਂ ਮੇ ਲੱਗੀ ਹੈ ਉੱਥੇ ਸੈਂਟਰ ਪਿਆ ਸੀ ਦੋ ਦਾ ਐ ਲੱਗਾ ਦੋ ਯਾਰ ਸੈਂਟਰ ਐਸੇ ਦੋ ਨਹੀਂ ਕਲੋਜ਼ ਲੱਗਣਾ ਸੀ ਤੇ ਇਹ ਲੱਗਾ ਯਾਰ ਇਹ ਸੈੱਟ ਨੇ ਪਹਿਲੇ ਕੰਪਲੀਟ ਕੀਤਾ ਹੈ ਔਰ ਇਹ ਪਿਛਾ ਮੈਂ ਵੀਡੀਓ ਲਈ ਸੀ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਕਿ ਜਦੋਂ ਯਾਰ ਇਹ ਲੱਗ ਜਾਣਾ ਨਾ ਤੇ 7500 ਬਾਉਂਡ ਦੀ ਪਹਿਲੀ ਪੱਟੀ ਤੇ ਨਾ ਨੋਟ ਬਗੈਰ ਫਰਸਟ ਡਰਾ ਨਹੀਂ ਖੁੱਲਣਾ ਸੀ ਇਹ ਦੇਖ ਲਓ ਯਾਰ ਫਿਰ ਜਦੋਂ ਇਹ ਲੱਗਾ ਯਾਰ ਇਹਦੇ ਕਰਾਸ ਦੇ ਵਿੱਚ ਨੋਟ ਬਗੈਰ ਫਰਸਟ ਡਰਾ ਨਹੀਂ ਖੁੱਲਣਾ ਸੀ ਫਿਰ ਯਾਰ ਜਦੋਂ ਲੱਗਿਆ ਨੋਟ ਬਗੈਰ ਫਰਸਟ ਡਰਾ ਨਹੀਂ ਖੁੱਲਣਾ ਸੀ ਤੇ ਨਹੀਂ ਖੁੱਲਿਆ ਯਾਰ ਇਹਨੇ ਹੁਣ ਤੱਕ ਸੈੱਟ ਕੰਪਲੀਟ ਔਰ ਕਲੀਅਰ ਔਰ ਫਾਈਨਲ ਕੀਤੇ ਨੇ ਇਨੇ ਹੁਣ ਤੱਕ ਇਹ ਸੈੱਟ ਕਲੀਅਰ ਕੀਤੇ ਨੇ ਫਿਰ ਮੈਂ ਆਪਣੇ ਦੋਸਤਾਂ ਨੇ ਇਥੋਂ ਸ਼ੁਰੂ ਕੀਤੀ ਸੀ ਇਥੋਂ ਸਟਾਰਟ ਕੀਤਾ ਸੀ ਕਿ ਇਹ ਸਾਰਾ ਕੁਝ ਮੁਕੰਮਲ ਕਰਕੇ ਤੇ ਆਪਾਂ ਆਣਾ ਯਾਰ ਇਹ 15000 ਬੌਂਡ ਦੇ ਵਿੱਚ ਚਾਰ ਦੋ ਚੌਥਾ ਫਿਨਰ ਲੱਗਾ ਸੀ ਤੇ ਇਸੇ ਚੋਕੇ ਨਾਲ ਹੀ ਜੋੜਾ ਲੱਗਣਾ ਸੀ ਇੱਥੇ ਮੇਰੇ ਦੋਸਤਾਂ ਨੂੰ ਯਾਦ ਆ ਆ ਗਿਆ ਹੋਵੇਗਾ ਇਸ ਸੈੱਟ ਮੈਂ ਪਹਿਲੇ ਦੋ ਤਿੰਨ ਦਫਾ ਲਾ ਚੁੱਕਿਆ ਇੱਥੇ ਵੀ ਲਾਇਆ ਸੀ ਉਦੋਂ ਇਹ ਮੇਰਾ ਪੇਜ ਨਹੀਂ ਹੁੰਦਾ ਸੀ ਆਪਣੀ YouTube ਚੈਨਲ ਤੇ ਲਾਇਆ ਸੀ ਅੱਜ Facebook ਪੇਜ ਤੇ ਇੱਥੇ ਜਦੋਂ ਇਹ ਸੈੱਟ ਇੰਨਾ ਠਿਕਣਾ ਆਇਆ ਸੀ ਨਾ ਉਦੋਂ ਮੈਂ ਫੇਸਬੁੱਕ ਪੇਜ ਤੇ ਬੁਲਾਇਆ ਸੀ ਮੇਰੇ ਦੋਸਤਾਂ ਨੇ ਪੂਰੀ ਵੀਸੇ ਨੀਤੀ ਸੇ ਆਪਣੇ ਦੋਸਤਾਂ ਨੂੰ ਤੇ ਸੈਂਟਰ ਮਿਸ ਹੋ ਗਿਆ ਸੀ ਇਹ ਜਲਦੀ ਬਣਾਣ ਦੀ ਵੀਡੀਓ ਵੀ ਵਜ੍ਹਾ ਹੈਗੀ ਕੋਈ ਯਾਰ ਜਦੋਂ ਇਹ ਲੱਗਿਆ ਇੱਥੇ ਸੀ ਡਰਾ ਕਰਨਾ ਸੀ ਪਿਛਾ 5 ਦਾ ਫਿੰਗਰ ਲੱਗਣਾ ਸੀ ਯਾਰ ਤੇ ਪੰਜੇ ਹੀ ਜੋੜਾ ਲੱਗਣਾ ਸੀ 55 ਦਾ ਇੱਥੇ ਜਦੋਂ ਦੁਬਾਰਾ ਸੈੱਟ ਲੱਗਿਆ ਹਰ ਸ਼ਕਲ ਈਅਰ ਕਰਕੇ ਇਸ ਸਾਲ ਦੀ ਤੀਸਰੀ ਪੱਟੀ ਤੇ ਆਣਾ ਸੀ ਤੇ 6 ਹੀ ਲੱਗਣਾ ਸੀ ਯਾਰ ਚੌਥਾ ਫਿੰਗਰ ਤੱਕ 6 ਕਾਂ ਦਾ ਜੋੜਾ ਲੱਗਣਾ ਸੀ ਯਾਰ ਤੇ 7 ਦਾ ਅਕੜਾ ਸੈਗਰ ਜੱਤ ਚੈ ਇਥੇ ਚਾਰ ਦਾ ਜੋੜਾ ਲੱਗਿਆ ਹੈ ਅੱਜ ਇੱਕ 2 3 ਦਾ ਥੱਲੇ ਸਾਲ ਦੀ ਪਹਿਲੀ ਪੱਟੀ ਐ ਪਾ ਇਥੇ ਡਰਾ ਕਰਨਾ ਹੈ ਬੜਾ ਪਿਆਰਾ ਸੈੱਟ ਬਹੁਤ ਹੀ ਪਿਆਰਾ ਸੈੱਟ ਹੈ ਯਾਰ ਇਹ ਹਰ ਚੀਜ਼ ਨੂੰ ਕੰਪਲੀਟ ਕਰ ਤੇ ਕਲੀਅਰ ਕਰ ਤੇ ਖੜਾ ਹੈ ਸਿੰਗਲ ਆਕੜਾ ਸਿੰਗਲ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਔਰ ਜੋ ਲਿੰਕ ਵਖਾਵਾਂਗਾ ਉਹ ਲਿੰਕ ਵੀ ਇਹਦੇ ਨਾਲ ਟੈਲੀ ਕਰਦੇ ਦੋਨਾਂ ਕੱਚੋ ਲਿੰਕ ਵਖਾਵਾਂਗਾ ਕੱਲਾ ਕੱਲਾ ਲਿੰਕ ਜਿਹੜਾ ਕਿ ਲੱਗਦਾ ਆ ਰਿਹਾ ਹੁਣ ਤੱਕ ਤੇ ਰਿਕਵੈਸਟ ਹੈ ਦੋਸਤ ਦੋਸਤਾਂ ਅੱਗੇ ਭਾਈਆਂ ਅੱਗੇ ਜੋ ਦੋਸਤ ਨੇ ਪੇਜ ਨੂੰ ਫਾਲੋ ਨਹੀਂ ਕੀਤਾ ਲਾਜ਼ਮੀ ਕਰ ਲੋ ਜੋ ਦੋਸਤ ਨੇ ਲਾਈਕ ਨਹੀਂ ਕੀਤਾ ਲਾਈਕ ਵੀ ਕਰਿਆ ਕਰੋ ਯਾਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਇੱਕ ਦੋਸਤ ਨੇ ਗੁੱਡ ਲਿਖਿਆ ਬਾਜ਼ ਦੀ ਪਿਕਚਰ ਲੱਗੀ ਹੋਈ ਏ ਬੜੀ ਮਿਹਰਬਾਨੀ ਮੇਰੇ ਦੋਸਤ ਮੇਰੇ ਵੀਰ ਦੀ ਇਹ ਕਿ ਹਜੇ ਤੱਕ ਮੈਸੇਜ ਹੋਇਆ ਮੇਰੇ ਕੋਲੇ ਤੇ 100 ਬੰਦਾ ਤਕਰੀਬਨ ਪੂਰਾ ਹੋ ਗਿਆ ਸਾਰੇ ਦੋਸਤਾਂ ਨੂੰ ਪਤਾ ਹੈ ਜਿਹੜੇ ਦੇਖ ਰਿਆ ਸੀ ਇਹ ਛੇਮਾ ਲੱਗੀ ਉੱਤੇ ਪਿਆ ਸੀ ਨੋ ਨੋ ਸੇਮ ਪੱਟੀ ਤੇ ਕਲੋਜ਼ ਲੱਗਣਾ ਸੀ ਯਾਰ ਐ ਸੈਂਟਰ ਨੇ ਫਿਰ ਅੱਗੇ ਜਾਤੇ ਨੌ ਦੇ ਲਿੰਕ ਤੋਂ ਬਗੈਰ ਫਸਟ ਡਰਾ ਨਹੀਂ ਸੀ ਫਿਰ ਆ ਕੇ ਇੱਥੇ ਖੇਲਣ ਸੇ ਆਪਾਂ 40 ਐ ਜਿਹੜਾ 44 ਲੱਗਿਆ ਪਿਛੇ ਚੋਕਾ ਹੋਣਾ ਜ਼ਰੂਰੀ ਸੀ ਐ 44 ਦਾ ਜੋੜਾ ਹੀ ਲੱਗਣਾ ਸੀ ਫਿਰ ਆ ਕੇ ਯਾਰ ਐ 50 ਦਾ ਜੋੜਾ ਐ 50 ਲੱਗਣਾ ਸੀ ਤੇ 50 ਦਾ ਜੋੜਾ ਹੀ ਲੱਗਣਾ ਸੀ ਇੱਥੇ ਆ ਤੇ ਛੀਕਾ ਲੱਗਣਾ ਸੀ ਯਾਰ ਚੌਥਾ ਫਿੰਗਰ ਮੈਂ ਆਪ ਕਾਫੀ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਕਿਤੇ ਛੀਕਾ ਲੱਗੇਗਾ ਇੱਥੇ 60 ਦਾ ਅਕੜਾ ਸੈਗਰ ਲੱਗ ਗਿਆ ਸੀ ਪੂਰੀ ਪੀਸੀ ਆਪਨੇ ਦੋਸਤਾਂ ਨਾਲ ਤੇ ਸ਼ੇਅਰ ਕੀਤੀ ਸੀ ਇੱਥੇ 68 ਸੈਗਰ ਲੱਗ ਗਿਆ ਔਰ ਪੂਰੀ ਪੀਸੀ ਦਿੱਤੀ ਸੀ ਤੇ ਸੈਂਟਰ ਮਿਸ ਅੱਜ ਯਾਰ ਇਸ ਤੋਂ ਅੱਗੇ ਕਹਾਣੀ ਜਿਹੜੀ ਚੱਲੀ ਕਿ ਅੰਦਰ ਤਿੰਨ ਹੱਥ ੱਲੇ ਸੀ ਇਹ ਡਰਾ ਕਰਨਾ ਸੀ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਐ 05 ਵਾਲਾ ਫਿਰ ਆ ਕੇ ਯਾਰ ਜਦੋਂ ਸਾਰਾ ਕੁਝ ਕੰਪਲੀਟ ਹੋ ਗਿਆ ਅਸੀਂ ਇਹ ਡਰਾਟ ਪਲੇ ਕਰਨਾ ਸੀ 94 ਵਾਲਾ ਅੱਜ ਅਸੀਂ ਇੱਥੇ ਡਰਾ ਕਰਨਾ ਹੈ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਜਦੋਂ ਯਾਰ ਇਹ ਜਦ ਪਹਿਲੀ ਦਫਾ ਲੱਗਿਆ ਨਾ ਇਹ ਸੈੱਟ ਸਾਰਾ ਮੁਕੰਮਲ ਕਰਕੇ ਇਹ 44 ਦੇ ਤਿੰਨ ਹੱਥ ੱਲੇ ਸੀ ਇੱਥੇ ਡਰਾ ਕਰਨਾ ਸੀ ਤੇਨੇ 0 ਦਾ ਓਪਨ ਇੱਕ ਫੈਮਿਲੀ ਦਾ ਆਕੜਾ ਲਾਇਆ 0 ਦਾ ਕਰ ਕਲੋਜ਼ ਦੁਬਾਰਾ ਯਾਰ ਜਦੋਂ ਇਹ ਸੈੱਟ ਲੱਗਿਆ ਇਹ ਸਾਰਾ ਕੁਝ ਕੰਪਲੀਟ ਕਰਕੇ ਤਿੰਨ ਹੱਥ ੱਲੇ ਇੱਥੇ ਨੇ ਇੱਕ ਫੈਮਿਲੀ ਦਾ ਲਾਇਆ 94 ਦਾ ਅਕੜਾ ਪਹਿਲੇ 0 ਦੋ ਓਪਨ 0 ਤੋਂ ਕਟਾ ਕੇ 9 ਦੋ ਓਪਨ ਔਰ ਕਲੋਸ ਓਪਨ ਦਾ ਕਰ ਅੱਜ ਕਹਿੰਦਾ ਕਿ ਯਾਰ ਇਹ ਜਦੋਂ ਪੂਰਾ ਸੈੱਟ ਖਾਵਾਂਗਾ ਨਾ ਉਦੋਂ ਸਹੀ ਸਮਝ ਲੱਗੇਗੀ ਮੇਰੇ ਦੋਸਤਾਂ ਨੂੰ ਅੱਜ ਹਰ ਚੀਜ਼ ਨੂੰ ਕਲੀਅਰ ਕਰਕੇ ਯਾਰ ਇਹ ਛੇ ਲੱਗਿਆ 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 ਤਿੰਨ ਹੱਥ ੱਲੇ ਆ ਕੇ ਇੱਥੇ ਸੀ ਡਰਾ ਕਰਨਾ ਹੈ ਕਹਿੰਦਾ ਕਿ ਪਹਿਲੇ 0 ਦੋ ਓਪਨ ਫਿਰ 9 ਦਾ ਅੱਜ ਕਹਿੰਦਾ ਸਿੰਗਲ 8 ਦਾ ਓਪਨ ਲੱਗੇ ਤੇ 83 ਦਾ ਅਕੜਾ ਲੱ ਕਹ ਲੱਗਾ ਯਾਰ 0 ਫਿਰ ਲੱਗਿਆ 9 ਅੱਜ ਕਹਿੰਦਾ ਕਿ ਇੱਥੇ 8 ਤੋਂ ਓਪਨ ਲੱਗੇ ਤੇ 83 ਦਾ ਅਕੜਾ ਲੱਗੇ ਉਹ ਮੈਂ 83 ਦਾ ਲਿੰਕ ਵੀ ਆਪਣੇ ਦੋਸਤਾਂ ਨੂੰ ਵਖਾਵਾਂਗਾ ਸਿੰਗਲ ਸਿੰਗਲ ਲਿੰਕ ਵਖਰਾ ਵਖਰਾ ਅੱਜ ਰੁਟੀਨ ਦੇ ਮੁਤਾਬਕ ਕਹਿੰਦਾ ਹੈ ਕਿ ਸਿੰਗਲ 83 ਦਾ ਅਕੜਾ ਫਸਟ ਵਿੱਚ ਪਲੇ ਕਰੋ ਗਾਇਬ ਦਿਲ ਅੱਲ੍ਹਾ ਦੀ ਜ਼ਾਤ ਕੋਲੇ ਮੇਰਾ ਕੰਮੇ ਕੋਸ਼ਿਸ਼ ਕਰਨੀ ਸਰਚ ਕਰਨੀ ਆਪਣੇ ਵੀਰਿਆਂ ਦੇ ਸਾਹਮਣੇ ਰੱਖਣੀ ਇਸ ਸਭ ਦੋਸਤਾਂ ਨੇ ਫਸਟ ਸੈਗਰ ਖੇਡਣਾ ਹੈ ਮੇਰੇ ਦੋਸਤਾਂ ਨੇ ਸਿੰਗਲ ਪੀਸੀ ਦੀ ਜਿਹੜਾ ਪੀਸੀ ਦਾ ਸੈੱਟ ਹੁੰਦਾ ਨਾ ਉਹਨੂੰ ਫਸਟ ਸੈਗਰ ਹੀ ਖੇਡਣਾ ਚਾਹੀਦਾ ਹੈ ਅਮਾ ਸਿੰਗਲ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਅੱਜ ਦੀ ਵੀਡੀਓ ਚ ਇਹ ਕਲਾ ਅਕੜਾ ਹੈ 83 ਦਾ ਇਹ ਜੀ 83 ਦਾ ਅਕੜਾ ਹੈ ਹੁਣ ਮੈਂ ਆਪਣੇ ਦੋਸਤਾਂ ਨੂੰ ਸੈਗਰ ਦੁਆ ਕੇ ਸੈਂਟਰ ਵੀ ਵਿਖਾਣਾ ਹੈ ਫਿਰ ਲਿੰਕ ਵਿਖਾਣਾ ਹੈ ਪਹਿਲੇ ਤਾਂ 83 ਨੂੰ ਕੰਪਲੀਟ ਕਰਨਾ ਹੈ ਕਿ 83 ਇੱਥੇ ਕਿਉਂ ਲੱਗ ਰਹੀ ਏ ਇਹ ਯਾਰ ਨਾ 53 ਦਾ ਆਕੜਾ ਲੱਗਿਆ ਹੈ 53 ਦਾ ਯਾਦ ਰੱਖਣਾ ਮੇਰੇ ਦੋਸਤਾਂ ਨੇ ਕਿ ਇਹ ਤਿੰਨ ਦਾ ਲਿੰਕ ਲੱਗਿਆ ਹੈ ਤਵੱਜੋ ਕਰਨੀ ਹੈ ਤੈਨੂੰ ਤਾਂ ਇੱਕ ਘਟਾ ਕੇ ਤਿੰਨ ਸਾਲ ਬਾਅਦ ਇੱਕ ਦੋ ਤਿੰਨ ਸਾਲ ਬਾਅਦ ਦੋ ਦਾ ਫਿਗਰ ਆਕੜੇ ਚ ਲੱਗਣਾ ਸੀ ਤਾਂ ਗੱਲ ਬਣਨੀ ਸੀ ਇਹ ਤਿੰਨੇ ਤਿੰਨ ਤੋਂ ਇੱਕ ਕਟਾ ਕੇ ਦੋ ਦਾ ਫਿਗਰ ਆਕੜੇ ਚ ਪੈਣਾ ਸੀ ਤਾਂ ਗੱਲ ਬੰਨੀ ਸੀ 3 ਸਾਲ ਬਾਅਦ ਇਹ ਲੱਗ ਜਾਂਦੀ 32 32 ਦਾ ਆਕੜਾ ਹੁਣ 3 ਸਾਲ ਬਾਅਦ ਇੱਕ ਦੋ ਤਿੰਨ ਸਾਲ ਬਾਅਦ ਇੱਕ ਦਾ ਫਿੰਗਰ ਆਕੜੇ ਚ ਲੱਗਣਾ ਸੀ ਇਹ 15 ਲੱਗ ਜਾਂਦੀ ਯਾਰ ਇਹ ਤੁਸੀਂ ਪਿਛਾ ਵੀ ਚੈੱਕ ਕਰ ਸਕਦੇ ਹੋ ਸੰ 2000 ਤੋਂ ਸਟਾਰਟ ਰੁਟੀਨ ਤੇ 3 ਸਾਲ ਬਾਅਦ ਇੱਕ ਇੱਕ ਫਿਗਰ ਕਟਾ ਕੇ ਇਹ ਤਿੰਨ ਸੀ ਤਿੰਨ ਤੋਂ ਕਟਾ ਕੇ 3 ਸਾਲ ਬਾਅਦ ਦੋ ਦਾ ਫਿਗਰ ਲੱਗਣਾ ਸੀ ਫਿਰ 3 ਸਾਲ ਬਾਅਦ ਇੱਕ ਦਾ ਫਿਗਰ ਆਕੜੇ ਚ ਲੱਗਣਾ ਸੀ ਹੁਣ ਇੱਕ ਤੋਂ ਕਟਾ ਕੇ ਜ਼ੀਰੋ ਦਾ ਫਿਗਰ 3 ਸਾਲ ਬਾਅਦ ਲੱਗਣਾ ਸੀ ਯਾਰ 1 2 3 ਸਾਲ ਬਾਅਦ ਕੱਲੀ 0 ਫਰਸਟ ਹੋਣੀ ਸੀ ਤਾਂ ਗੱਲ ਬਣਨੀ ਸੀ ਇਹ 0 2 ਦਾ ਆਕੜਾ ਲੱਗ ਜਾਂਦਾ ਯਾਰ ਫਿਰ ਹੁਣ 0 ਤੋਂ ਕਟਾ ਕੇ 9 ਦਾ ਫਿੰਗਰ 1 2 ਤੀਸਰੇ ਸਾਲ ਬਾਅਦ ਕੱਲੇ 9 ਫਰਸਟ ਵਿੱਚ ਫਰਸਟ ਲੱਗਣਾ ਸੀ ਤਾਂ ਗੱਲ ਬਣਨੀ ਸੀ ਅੱਜ ਕਹਿੰਦਾ 3 ਸਾਲ 3 ਸਾਲ ਬਾਅਦ ਤੀਸਰੇ ਸਾਲ ਦੀ ਤੀਸਰੇ ਸਾਲ ਦੀ ਪਹਿਲੀ ਪੱਟੀ ਦੇ ਕੱਲੇ 8 ਦਾ ਫਿੱਤਰ ਆਕੜੇ ਚ ਹੋਏਗਾ ਤੇ ਗੱਲ ਬਣੇਗੀ ਜੀ ਵੈਲਕਮ ਹੋ ਗਿਆ ਅਰਸ਼ਾਦ ਭਾਈ ਅੱਜ ਯਾਰ ਬੜੀ ਜਲਦੀ ਇਹ ਵੀਡੀਓ ਬਣਾਵਨ ਦੀ ਬਹੁਤ ਜਲਦੀ ਹੈ ਤਾਂਗ ਲੋ ਮੈਂ ਜਲਦੀ ਜਲਦੀ ਕਰ ਰਿਹਾ ਕਿ ਵੀਡੀਓ ਕੰਪਲੀਟ ਕਰੀਏ ਆਪਣੇ ਦੋਸਤਾਂ ਦੇ ਨਾਲ ਜੋ ਚੀਜ਼ ਹੈਗੀ ਸ਼ੇਅਰ ਕਰੀਏ ਤੇ ਇੱਕ ਵੀਡੀਓ ਦੇ ਵਿੱਚ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਸੀ ਕਿ ਯਾਰ ਮੇਰੇ ਕੋਲ ਸਿੰਗਲ ਆਕੜਾ ਹੈ ਤੇ ਤਕਰੀਬਨ 70 ਬੰਦੇ ਨੇ ਮੇਰਾ ਰابطਾ ਕੀਤਾ ਸੀ 70 ਬੰਦੇ ਨੇ ਮੇਰੇ ਕੋਲ ਆਕੜਾ ਪਲੇ ਕੀਤਾ ਸੀ ਤੇ ਆਕੜਾ ਵਿਨ ਹੋਇਆ ਸੀ ਅੱਜ ਵੀ ਯਾਰ ਬੜੀਆਂ ਰੁਟੀਨਾਂ ਦੇ ਵਿੱਚ ਇੱਕ ਹੀ ਆਕੜਾ ਟੈਲੀ ਹੋ ਰਿਹਾ ਜਿਹੜਾ ਕਿ ਮੇਰੇ ਕੋਲ ਹੈ ਜੋ ਕੋ ਦੋਸਤ ਖੇਲਣਾ ਚਾਵੇ ਤਾਂ ਮੈਂ ਆਪਣੇ ਕੋਲੇ ਪਲੇ ਕਰਾਂਗਾ ਨਾਮ 5050 ਕਰਾਂਗਾ ਕਿਸੇ ਕਿਸੇ ਦੋਸਤ ਦਾ ਦਿਲ ਮੰਨ ਜਾਵੇ ਤੇ ਇਹ ਤਿੰਨ ਦਾ ਫਿੰਗਰ ਸੀ ਯਾਰ 3 ਸਾਲ ਬਾਅਦ ਦੋ ਦਾ ਫਿਕਰ ਸੀ 3 ਸਾਲ ਬਾਅਦ ਇੱਕ ਦਾ ਫਿਕਰ ਆਕੜੇ ਚ 3 ਸਾਲ ਬਾਅਦ ਜ਼ੀਰੋ ਦਾ ਫਿਕਰ ਆਕੜੇ ਚ 3 ਸਾਲ ਬਾਅਦ ਨੌ ਦਾ ਫਿਕਰ ਆਕੜੇ ਚ ਅੱਜ 3 ਸਾਲ ਬਾਅਦ ਕਹਿੰਦਾ ਕੱਲਾ 8 ਆਕੜੇ ਚ ਹੋਏਗਾ ਤਾਂ ਗੱਲ ਬਣੇਗੀ ਐ ਜੀ 8 ਦਾ ਲਿੰਕ ਹੈ 8 ਦੇ ਫਿਕਰ ਦਾ ਲਿੰਕ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ ਹੈ ਅਗਰ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਤਾਂ ਸਪੋਰਟ ਕਰਾ ਜੇ ਯਾਰ ਜੋ ਦੋਸਤੇ ਸ਼ੇਅਰ ਕਰਨਾ ਜਾਣਦਾ ਯਾਰ ਸ਼ੇਅਰ ਕਰਦੇ ਹੋ ਵੀਡੀਓ ਨੂੰ ਕੋਈ ਟੈਨਸ਼ਨ ਨਹੀਂ ਜੋ ਫਾਲੋ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਆਪਾਂ ਤਾਂ ਉਹਨਾਂ ਤੋਂ ਬਚਾ ਨਹੀਂ ਸੀ ਵੀਡੀਓ ਲੇਕਿਨ ਕੋਈ ਮਸਲਾ ਨਹੀਂ ਯਾਰ ਕਿਸੇ ਦਾ ਫਾਇਦਾ ਹੋ ਜਾਵੇ ਐ ਯਾਰ ਨੌ ਤਾਂ ਓਪਨ ਅਗਿਆ ਨੌ ਤੇ ਚੌਥਾ ਫਿੰਗਰ ਰੱਖਦਾ ਐਨਾ ਦੋਵਾਂ ਨੂੰ ਜਮਾ ਕਰੀਏ ਜਮਾ ਇੱਕ ਕੇ ਇੱਕ ਦੀ ਬਾਕੀ ਨੌ ਕੱਲਾ ਅਕੜੇ ਚ ਪੈਣਾ ਸੀ 29 ਦਾ ਅਕੜਾ ਲੱਗ ਜਾਂਦਾ ਯਾਰ ਫਿਰ ਐ ਓਪਨ ਤੇ ਐ ਚੌਥਾ ਫਿੰਗਰ ਇਹਨੂੰ ਜਮਾ ਕਰੀਏ 6 6 ਦੀ ਬਾਕੀ ਚਾਰ ਕੱਲਾ ਅਕੜੇ ਚ ਪੈਣਾ ਸੀ 84 ਲੱਗ ਜਾਂਦੀ ਯਾਰ 8 8 ਇਹ ਚੌਥਾ ਫਿੰਗਰ 0 ਇਹਦੀ ਜਮਾ 8 8 ਦੀ ਬਾਕੀ 2 ਕੱਲਾ ਪੈਣਾ ਸੀ ਆਕਰੇ ਚ ਯਾਰ 26 ਦਾ ਅਕੜਾ ਲੱਗ ਜਾਂਦਾ ਹੈ ਇਹ 2 ਇਹ 2 ਇਹ 4 ਇਹਦੀ ਜਮਾ 6 6 ਦੀ ਬਾਕੀ 4 ਕੱਲਾ ਕਰੇ ਚ ਪੈਣਾ ਸੀ ਯਾਰ 74 ਦਾ ਅਕੜਾ ਲੱਗ ਜਾਂਦਾ ਹੈ ਇਹਦੀ ਜਮਾ ਇਹ 7 ਤੇ ਇਹ ਇਹ 9 ਇਹਦੀ ਜਮਾ 7 7 ਦੀ ਬਾਕੀ 3 ਕਹਿੰਦਾ 3 ਕੱਲਾ ਕਰੇ ਚ ਖੇਲੋ ਤਾਂ ਗੱਲ ਬਣੇਗੀ ਇੱਕ ਸਾਈਡ ਤੇ ਕੱਲਾ 8 ਯਾਰ ਇੱਕ ਸਾਈਡ ਤੇ ਕੱਲਾ 3 ਨੇ ਮੇਰੇ ਦੋਸਤਾਂ ਨੂੰ ਸਮਝ ਆ ਗਈ ਹੋਵੇਗੀ ਇਹ 83 ਦਾ ਆਕੜਾ ਬਣਦਾ ਕਿ ਨਹੀਂ ਜਦੋਂ ਯਾਰ ਅਸੀਂ ਇਹ ਸਾਰਾ ਸੈੱਟ ਮੁਕੰਮਲ ਕਰਕੇ ਖੇਡਣਾ ਸੀ ਇਹਨੇ ਇੱਕ ਫੈਮਿਲੀ ਦਾ ਆਕੜਾ ਲਾਇਆ ਓਪਨ ਇਹਨੇ 0 ਦਾ ਲਾਇਆ 0 ਦਾ ਘਰ ਇਹਨੇ ਕਲੋਜ਼ ਲਾਇਆ ਫਿਰ ਯਾਰ ਜਦੋਂ ਸਾਰਾ ਸੈੱਟ ਮੁਕੰਮਲ ਕਰਕੇ ਆਇਆ ਇਹਨੇ 0 ਤੋਂ ਕਟਾ ਕੇ 9 ਤੋਂ ਓਪਨ ਲਾਇਆ ਔਰ ਇਹਦਾ ਘਰ ਹੀ ਕਲੋਜ਼ ਲਾਉਣਾ ਸੀ 94 ਦਾ ਆਕੜਾ ਲੱਗ ਜਾਂਦਾ ਅੱਜ ਯਾਰ 9 ਤੋਂ ਕਟਾ ਕੇ 8 ਤੋਂ ਓਪਨ ਲਾਵੇ ਤੇ 3 ਦਾ ਕਲੋਜ਼ ਲਾਵੇ ਤੇ 83 ਦਾ ਆਕੜਾ ਬਣਦਾ ਯਾਰ ਅਗਰ ਕਿਸੇ ਦੋਸਤ ਦੀ ਸਮਝ ਆਵੇ ਤਾਂ ਪਲੇ ਕਰਨਾ ਹੈ ਦੂਸਰੀ ਗੱਲ ਇਹ ਹੈ ਕਿ ਅੱਜ ਇਹਨੇ ਸਭ ਤੋਂ ਪਹਿਲੇ ਜਦੋਂ ਆਕੜਾ ਲਾਇਆ ਨਾ 05 ਦਾ ਸੈਂਟਰ ਨੇ ਚਾਰ ਹੀ ਪਲੇ ਕੀਤਾ ਜੇ ਦੁਬਾਰਾ ਯਾਰ ਜਦੋਂ ਇਹਨੇ 94 ਦਾ ਆਕੜਾ ਲਾਇਆ ਸੈਂਟਰ ਨੇ ਚਾਰ ਹੀ ਪਲੇ ਕੀਤੇ ਹੈ ਅੱਜ ਯਾਰ 83 ਦੇ ਨਾਲ ਚਾਰ ਦਾ ਸੈਂਟਰ ਅਗਰ ਮੇਰੇ ਦੋਸਤਾਂ ਨੂੰ ਸਮਝ ਆ ਜਾਵੇ ਤੇ ਚਾਰ ਦਾ ਸੈਂਟਰ 83 ਦੇ ਨਾਲ ਬਣਦਾ ਜੇ ਤੇ ਮੈਂ ਚੌਥਾ ਫਿੰਗਰ ਵੀ ਕੱਲਾ ਹੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਐਸੇ ਯਾਰ ਪੈਕਟ ਹੈ ਇੱਥੇ ਮੈਂ ਆਪਣੇ ਦੋਸਤਾਂ ਨਾਲ ਪੀਸੀ ਲਿਖਣੀ ਹੈ ਇਥੇ ਪੀਸੀ ਲਿਖਾਂਗਾ ਕਿਉਂਕਿ ਪੈਕਟ ਬਹੁਤ ਜ਼ਰੂਰੀ ਹੈ ਕਿ ਸੇ ਦੋਸਤ ਨੂੰ ਆਕੜਾ ਅੱਛਾ ਲੱਗੇ ਤੇ ਜ਼ਰੂਰ ਆਪਣੀ ਗੇਮ 'ਚ ਸ਼ਾਮਲ ਕਰਾਇ ਜੇ ਕਾਫੀ ਦੋਸਤ ਇੰਤਜ਼ਾਰ ਵਿੱਚ ਸਨ ਬੜੀਆਂ ਵਾਇਸਾਂ ਆਂਦੀ ਅਸਨ ਕਿ ਯਾਰ ਸਿੰਗਲ ਪੀਸੀ ਦੀ ਜਿਹੜੀ ਵੀਡੀਓ ਕਹੀਏ ਇਸ ਤੋਂ ਬਾਅਦ ਜਿਹੜੀ ਵੀਡੀਓ ਆਵੇਗੀ ਨਾ ਫਾਈਨਲ ਉਹਦੇ 'ਚ ਵੀ ਸਿੰਗਲ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਜਿਹੜੀ ਇਸ ਤੋਂ ਬਾਅਦ ਵੀਡੀਓ ਆਵੇਗੀ ਉਹਦੇ 'ਚ ਵੀ ਸਿੰਗਲ ਪੀਸੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਔਰ ਬਹੁਤ بڑے ਸੈੱਟ ਦੇ ਨਾਲ ਇਸ ਤੋਂ ਵੀ بڑا ਸੈੱਟ ਹੋਵੇਗਾ ਯਾਰ ਉਹ ਕਿੰਨੇ ਹੱਥ ਲਗਾਤਾਰ ਪੂਰੀ ਪੀਸੀ ਮਾਰ ਕੇ ਆ ਰਿਹਾ ਹੈ ਤਾਂ ਉਹ ਇਸ ਦੁਆ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਐ ਪੀਸੀ ਦੀ ਵੀਡੀਓ ਐ ਵੀ ਪੀਸੀ ਦੀ ਵੀਡੀਓ ਹੈ ਲੇਕਿਨ ਉਹ ਵੀ ਪੀਸੀ ਪੀਸੀ ਦੀ ਵੀਡੀਓ ਹੋਵੇਗੀ ਸਿੰਗਲ ਪੀਸੀ ਦੀ ਯਾਰ ਜਦੋਂ ਅਸੀਂ ਪਹਿਲੀ ਵਾਰ ਇਹ ਡਰਾਅ ਕਰਨਾ ਸੀ ਨਾ 05 ਵਾਲਾ ਇਹ ਪਿੱਛੇ ਉਪਨ ਲੱਗਾ ਖਾਲਾ ਸੀ 15 ਦਿਨ ਪਹਿਲੇ ਇੱਕ ਦਾ ਇੱਕ ਦਾ ਘਰ 6 ਸਿੰਗਲ ਚੌਥਾ ਫਿੰਗਰ ਲੱਗਣਾ ਸੀ ਇੱਕ ਦਾ ਘਰ 6 ਸਿੰਗਲ ਚੌਥਾ ਫਿੰਗਰ ਲੱਗਣਾ ਸੀ ਯਾਰ ਤੇ ਇਹ ਲੱਗ ਜਾਂਦਾ ਹੈ 05 46 ਦਾ ਪੀਸੀ ਫਿਰ ਆ ਕਿ ਯਾਰ ਜਦੋਂ 68 ਟਰਾਂਕਾ ਕਰਨਾ ਸੀ ਪਿਛੇ 88 8 ਦਾ ਘਰ ਤਿੰਨ ਕੱਲਾ ਚੌਥਾ ਫਿੰਗਰ ਲੱਗਣਾ ਸੀ ਯਾਰ ਇਹ ਆਕ ਲੱਗ ਜਾਂਦਾ ਅੱਜ ਯਾਰ ਇੱਕ ਲੱਗਿਆ ਖਲੇ ਇੱਕ ਦਾ ਘਰ ਚੌਥਾ ਫਿੰਗਰ ਕਹਿੰਦਾ ਕਿ 6 ਦਾ ਸਿੰਗਲ ਇੱਥੇ ਪਲੇ ਕਰੋ ਰੂਟੀਨ ਦੇ ਮੁਤਾਬਕ ਇਹ ਯਾਰ ਨਾ ਚੌਥਾ ਫਿੰਗਰ ਹੈਗਾ 6 ਦਾ ਇਹ ਮੇਰੇ ਕਿਸੇ ਦੋਸਤ ਮੇਰੇ ਭਾਈ ਨੂੰ ਪਸੰਦ ਆਵੇ ਤਾਂ ਪਲੇ ਕਰਨੀ ਆਦਰਵਾਇਜ਼ ਗਨੋਰ ਕਰ ਦੇਣੀ ਅਦਰਵਾਈਜ਼ ਛੋੜ ਦੇਣੀ ਕਿਸੇ ਨੂੰ ਅੱਛੀ ਨਾ ਲੱਗੇ ਪਸੰਦ ਨਾ ਆਵੇ ਬਿਲਕੁਲ ਗਨੋਰ ਕਰ ਦਿਓ ਮੇਰਾ ਕੰਮ ਸੀ ਰੂਟੀਨ ਦੇ ਮੁਤਾਬਕ ਅੱਛੀ ਕੈਲਕੂਲੇਸ਼ਨ ਦੇ ਮੁਤਾਬਕ ਜੋ ਚੀਜ਼ ਨਿਕਲਨੀ ਉਹੀ ਚੀਜ਼ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਸਿੰਗਲ ਆਕੜਾ ਯਾਰ ਮੇਰੇ ਕੋਲ ਸਿੰਗਲ ਆਕੜਾ ਐ ਸੈਟਾਂ ਤੋਂ ਹਟ ਕੇ ਹੋ ਕੋਈ ਦੋਸਤ ਕਹਵੇ ਸੈਟ ਸੈਟ ਨਹੀਂ ਹੈਗੇ ਜੇ ਮੇਰੀ ਕੈਲਕੂਲੇਸ਼ਨ ਮੇਰੀ ਜਮਾ ਫਰਕ ਗੁਟਕਾ ਹਰ ਚੀਜ਼ ਨੂੰ ਕਲੀਅਰ ਕਰਦਾ ਹੈ ਇੱਕ ਦਾ ਅਕੜਾ ਖਲਾ ਸਿੰਗਲ ਆਖੜਾ ਹੈਗਾ ਯਾਰ ਕੋਈ ਦੋਸਤ ਲੈਣਾ ਚਾਵੇ ਮਸਲ ਕੇ ਮੇਰੇ ਕੋਲੇ ਪਲੇ ਕਰਾਉਣਾ ਚਾਵੇ ਤੇ ਕਰਾ ਸਕਦਾ ਹੈ ਇਹ ਯਾਰ 6 ਜਮਾ ਇਹ ਉਧਰੇ ਸੈਂਟਰ ਥੱਲੇ ক্লোਜ਼ ਲਗਣਾ ਸੀ 9 ਦਾ ਲਿੰਕ ਲਗਣਾ ਸੀ ਅੱਗੇ ਜੋੜਾ ਲਗਣਾ ਸੀ ਤੇਨਾਂ ਥੱਲੇ ਸਿਆਹ ਡਰਾ ਕਰਨਾ ਸੀ 05 ਦਾ ਆਖੜਾ ਫਿਰ ਯਾਰ ਇਹ 6 ਜਮਾ ਲੱਗੀ ਹੈ 7 ਨੇ ਸੈਂਟਰ ਲਗਣਾ ਸੀ ਇੱਥੇ 9 ਦਾ ਲਿੰਕ ਲਗਣਾ ਸੀ ਤੇਨਾਂ ਥੱਲੇ ਜੋੜਾ ਲਗਣਾ ਸੀ ਇਹ ਪੰਜੇ ਨਾਲ ਇਹ ਪੰਜਾਸੀ ਚੌਥਾ ਫਿੰਗਰ ਜੋੜਾ ਲੱਗਣਾ ਸੀ ਫਿਰ ਅਸੀਂ ਥੱਲੇ ਡਰਾ ਕਰਨਾ ਸੀ ਇਹ ਵੀ ਯਾਰ ਸੈੱਟ ਐਵੇਂ ਹੀ ਹੈ ਕਿ ਇਹ ਸੈਂਟਰ ক্লোਜ਼ ਵੀ ਲੱਗ ਗਿਆ ਇਹ ਲਿੰਕ ਵੀ ਲੱਗ ਗਿਆ ਇਹ 치ਵਾ ਫਿੰਗਰ ਇਹ ਜੋੜਾ ਥੱਲੇ ਸੈਕਿੰਡ ਲੱਗ ਗਿਆ 86 ਦਾ ਤੇ ਨਾ ਥੱਲੇ ਜਿਵੇਂ ਇੱਥੇ ਡਰਾ ਕਰਨਾ 83 46 ਦਾ ਪੰਗੂਣਾ ਕਿਸੇ ਦੀ ਸਮਝ ਆ ਜਾਵੇ ਤਾਂ ਪਲੇ ਕਰਨਾ ਹੈ ਆਦਰਵਾਇਜ਼ ਇਗਨੋਰ ਕਰਨਾ ਹੈ ਅਗਲੀ ਵੀਡੀਓ ਸਿੰਗਲ ਪੀਸੀ ਦੀ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਲਾਸਟ ਵੀਡੀਓ ਤੇ ਫਾਈਨਲ ਵੀਡੀਓ ਉਹ ਵੀ ਸਿੰਗਲ ਪੀਸੀ ਨਾਲ ਹੀ ਸ਼ੇਅਰ ਕਰਾਂਗਾ ਆਪਣੇ ਦੋਸਤਾਂ ਨਾਲ ਇਨਸ਼ਾਅੱਲਾ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ ਅੱਲਾ ਹਫਿਜ਼